ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਹਰ ਘਰ ਚੋਂ ਇੱਕ ਕੈਪਟਨ ਸਕੀਮ ਦਾ ਆਗਾਜ਼ ਇੰਦਰਜੀਤ ਸਿੰਘ ਜੀਰਾ ਚੇਅਰਮੈਨ ਕਿਸਾਨ ਮਜ਼ਦੂਰ ਸੈੱਲ ਪੰਜਾਬ ਕਾਂਗਰਸ ਵੱਲੋਂ ਜੀਰਾ ਵਿਖੇ ਕੀਤਾ ਗਿਆ। ਇਸ ਮੌਕੇ ਵਰਕਰਾਂ ਦਾ ਇੱਕ ਵੱਡਾ ਇਕੱਠ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇੰਦਰਜੀਤ ਸਿੰਘ ਜੀਰਾ ਵੱਲੋਂ ਇਸ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉੱਥੇ ਹੀ ਉਹਨਾਂ ਵੱਲੋਂ ਵਿਰੋਧੀਆਂ ਤੇ ਵੀ ਤਿੱਖੇ ਹਮਲੇ ਕੀਤੇ ਗਏ ਨੇ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇੰਦਰਜੀਤ ਸਿੰਘ ਜੀਰਾ ਨੇ ਨਾਭਾ ਜੇਲ੍ਹ ਕਾਂਡ ਤੇ ਵੀ ਆਪਣੀ ਟਿੱਪਣੀ ਦਿੰਦਿਆਂ ਕਿਹਾ ਕਿ ਨਾਭਾ ਜੇਲ੍ਹ ਪੰਜਾਬ ਦੀ ਸਭ ਤੋਂ ਮਜ਼ਬੂਤ ਜੇਲ੍ਹ ਹੈ ਅਤੇ ਇਸ ਜੇਲ੍ਹ ਵਿੱਚ ਪਰਿੰਦਾ ਵੀ ਭਰ ਨਹੀਂ ਮਾਰ ਸਕਦਾ। ਪਰ ਬੀਤੇ ਦਿਨੀ ਇਸ ਜੇਲ੍ਹ ਵਿੱਚੋਂ ਦਿਨ ਦਿਹਾੜੇ 6 ਕੈਦੀ ਫਰਾਰ ਹੋ ਜਾਣ ਪਿੱਛੇ ਪੰਜਾਬ ਸਰਕਾਰ ਦਾ ਹੱਥ ਹੈ। ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਦੌਰਾਨ ਪੈਸੇ ਬਦਲਾਉਣ ਲਈ ਲਾਈਨਾਂ 'ਚ ਲੱਗੇ ਲੋਕਾਂ ਦੀ ਮੌਤ ਲਈ ਪ੍ਰਧਾਨ ਮੰਤਰੀ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਗੱਲ ਵੀ ਕਹੀ ਹੈ। ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਵੱਲੋਂ ਨਿਯੁਕਤ ਕੀਤੇ ਗਏ ਚੋਣ ਪ੍ਰਭਾਰੀ ਨੇ ਜੀਰਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਇੰਦਰਜੀਤ ਸਿੰਘ ਜੀਰਾ ਦੇ ਨਾਂ ਲਗਭਗ ਤੈਅ ਹੋਣ ਦੀ ਗੱਲ ਕਹੀ ਹੈ। ਇਹ ਕੱਲ ਹੀ ਕੈਪਟਨ ਅਮਰਿੰਦਰ ਸਿੰਘ ਜੋ ਸਾਡੇ ਪੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਪ੍ਰੋਗਰਾਮ ਚਲਾਇਆ ਕਿ ਕੈਪਟਨ ਸਾਹਿਬ ਨੇ ਖਾਧੀ ਸਹੁੰ ਹਰ ਪਰਿਵਾਰ ਵਿੱਚ ਇੱਕ ਨੌਕਰੀ। ਉਸ ਤਹਿਤ ਅੱਜ ਇੱਥੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਘਰ ਘਰ ਜਾ ਕੇ ਜਿਹੜੇ ਉਹ ਫਾਰਮ ਭਰਨੇ ਨੇ ਉਹ ਦਿੱਤੇ ਜਾ ਰਹੇ ਨੇ। ਔਰ ਇਸੇ ਤਰ੍ਹਾਂ ਹੀ ਜੇ ਕੈਪਟਨ ਸਾਹਿਬ ਨੇ ਕਿਹਾ ਹੈ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ 35 ਦਿਨਾਂ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਨੌਕਰੀਆਂ ਦੇਵਾਂਗੇ, ਪਰ ਜਿਹਨੂੰ ਕੁਦਰਤੀ ਨੌਕਰੀ ਨਾ ਮਿਲ ਸਕੀ ਐਡੀ ਜਲਦੀ ਉਹਨੂੰ 2500 ਰੁਪਈਆ ਜਿਹੜਾ ਅਸੀਂ ਮਹੀਨੇ ਦਾ ਉਹ ਅਸੀਂ ਹਰ ਜਿਹੜਾ ਨੌਜਵਾਨ ਬੇਰੁਜ਼ਗਾਰ ਹੋਵੇਗਾ ਉਹਨੂੰ ਦੇਵਾਂਗੇ। ਦੇਖੋ ਮੈਂ ਮੇਰੇ ਕੋਲ ਜੇਲ੍ਹ ਮਹਿਕਮਾ ਰਿਹਾ ਹੈ, ਮੈਂ ਉਸ ਜੇਲ੍ਹ 'ਚ ਗਿਆ ਵੀ ਹਾਂ। ਉੱਥੇ ਜਿਹੜਾ ਹੈ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਸ਼ਾਇਦ ਜੇ ਚਿੜੀ ਨੇ ਵੀ ਅੰਦਰ ਜਾਣਾ ਹੋਵੇ ਉਹ ਵੀ ਨਹੀਂ ਜਾ ਸਕਦੀ। ਜਿਸ ਤਰੀਕੇ ਨਾਲ ਗੇਟ ਖੁੱਲ੍ਹੇ ਨੇ, ਅੰਦਰ ਫਾਇਰਿੰਗ ਹੋਈ ਹੈ, ਸਭ ਕੁਛ ਹੋਇਆ ਹੈ, ਇਹਦੇ ਮਗਰ ਪੰਜਾਬ ਸਰਕਾਰ ਦਾ ਹੱਥ ਹੈ ਪੂਰੀ ਤਰ੍ਹਾਂ। ਇਹਦੀ ਅਸੀਂ CBI ਤੋਂ ਇਨਕੁਆਇਰੀ ਦੀ ਮੰਗ ਕਰਦੇ। ਦੇਖੋ ਨੋਟਬੰਦੀ ਜਿਹੜਾ ਜੇ ਤਾਂ ਕਾਲੇ ਧਨ ਲਈ ਕਰਦੇ ਤਾਂ ਚੰਗੀ ਗੱਲ ਸੀ, ਪਰ ਇਹਨਾਂ ਨੇ 3 ਨਵੰਬਰ ਨੂੰ ਗਵਰਨਰ ਬਦਲ ਕੇ ਨਵਾਂ ਲਾ ਕੇ ਇੱਕ ਬੜੇ ਵੱਡੇ ਇੰਡਸਟਰੀ ਰਿਸ਼ਤੇਦਾਰ ਲਾ ਕੇ ਆਪਦੇ ਸਾਰੇ ਬੰਦਿਆਂ ਦਾ ਜਿਹੜਾ ਸੀ ਉਹ ਧਨ ਜਮ੍ਹਾਂ ਕਰਾ ਲਿਆ। ਔਰ ਜਿਹੜੇ ਗਰੀਬ ਲੋਕ ਸੀ ਜਿਹੜੇ ਅੱਜ ਸੜਕ ਮਰਦੇ ਪਏ ਨੇ ਜਿਹਦੇ 'ਚ ਘੱਟੋ ਘੱਟ 80 ਮੌਤਾਂ ਹੋ ਗਈਆਂ ਨੇ, ਮੈਂ ਸਮਝਦਾ ਕਿ ਉਹਨਾਂ ਦੀਆਂ ਮੌਤਾਂ ਦਾ ਜਿਹੜਾ ਦੋਸ਼ੀ ਹੈ ਉਹ ਜਿਹੜਾ ਇਹ ਮੋਦੀ ਹੈ। ਅਤੇ ਉਹਦੇ 'ਚ ਮੈਂ ਪ੍ਰੋਗਰਾਮ ਬਣਾਇਆ, ਮੈਂ ਡਾਟਾ ਇਕੱਠਾ ਕਰ ਰਿਹਾ ਕਿ ਜਿੰਨੇ ਪਰਿਵਾਰ ਮਰ ਰਹੇ ਨੇ ਡਾਟਾ ਇਕੱਠਾ ਕਰਕੇ ਸੁਪਰੀਮ ਕੋਰਟ ਵਿੱਚ ਜਾਵਾਂਗੇ ਕਿ ਇਹਦਾ ਜਿਹੜਾ ਕਾਤਲ ਹੈ ਉਹ ਮੋਦੀ ਹੈ ਅਤੇ ਪਰਚਾ ਜਿਹੜਾ ਸੁਪਰੀਮ ਕੋਰਟ ਵੱਲੋਂ ਮੋਦੀ ਉੱਤੇ ਜੋ ਪ੍ਰਧਾਨ ਮੰਤਰੀ ਹੈ ਜਿਸ ਦਾ ਉਹਦੇ 'ਤੇ ਦਿੱਤਾ ਜਾ। ਮੈਂ ਗੁਰਸ਼ਰਨ ਪਰਮਾਰ, ਭਾਰਤੀ ਯੁਵਾ ਕਾਂਗਰਸ, ਇੰਡੀਅਨ ਯੂਥ ਕਾਂਗਰਸ ਦਿੱਲੀ ਕੀ ਤਰਫ ਸੇ ਯਹਾਂ ਪੇ ਚੁਣਾਵੋਂ ਕੇ ਲੀਏ ਪ੍ਰਭਾਰੀ ਆਇਆ ਹੂੰ। ਵੈਸੇ ਤੋ ਮੈਂ ਪੁਸ਼ਤੈਨੀ ਤੌਰ ਪੇ ਹਿਮਾਚਲ ਪ੍ਰਦੇਸ਼ ਸੇ ਹੂੰ, ਲੇਕਿਨ ਭਾਰਤੀ ਯੁਵਾ ਕਾਂਗਰਸ ਨੇ ਜੀਰਾ ਵਿਧਾਨ ਸਭਾ ਖੇਤਰ ਮੈਂ ਚੁਣਾਵੋਂ ਕੇ ਲੀਏ ਮੁਝੇ ਪ੍ਰਭਾਰੀ ਨਿਯੁਕਤ ਕੀਆ ਹੈ। ਇਸਸੇ ਪਹਿਲੇ ਵੀ ਮੈਂ ਪਿਛਲੇ 5 ਮਹੀਨੋਂ ਸੇ ਗੜਸ਼ੰਕਰ ਵਿਧਾਨ ਸਭਾ ਖੇਤਰ ਜੋ ਆਪਕੇ ਪੰਜਾਬ ਪ੍ਰਦੇਸ਼ ਮੇਂ ਆਤਾ ਹੈ ਵਹਾਂ ਪੇ ਪ੍ਰਭਾਰੀ ਥਾ, ਵਹਾਂ ਪੇ ਮੈਨੇ ਕਾਂਗਰਸ ਪਾਰਟੀ ਕਾ ਕਾਰਿਆ ਦੇਖਾ, ਅਬ ਮੁਝੇ ਯਹਾਂ ਪੇ ਜੀਰਾ ਕਾ ਕਾਰਿਆਭਾਰ ਸੌਂਪਾ ਗਿਆ ਹੈ। ਜੀਰਾ ਵਿਧਾਨ ਸਭਾ ਖੇਤਰ ਕੇ ਅੰਦਰ ਮੁਖਯ ਤੌਰ ਪੇ ਹਮ ਆਏ ਹੈ, ਕਾਂਗਰਸ ਪਾਰਟੀ ਕਾ ਯਹਾਂ ਪੇ ਕਿਆ ਵਜੂਦ ਹੈ, ਕਾਂਗਰਸ ਪਾਰਟੀ ਕੇ ਜੋ ਯਹਾਂ ਪੇ ਲੀਡਰਸ਼ਿਪ ਹੈ ਉਨਕਾ ਕਿਸਕਾ ਕਿਆ ਰੁਤਬਾ ਹੈ, ਕਿਸਕੋ ਯਹਾਂ ਸੇ ਚੁਣਾਵ ਲੜਾਨਾ ਚਾਹੀਏ, ਕੌਣ ਯਹਾਂ ਪੇ ਡਿਜ਼ਰਵ ਕਰਤਾ ਹੈ ਟਿਕਟ ਕੇ ਲੀਏ, ਕੌਣ ਯਹਾਂ ਸੇ ਕਾਂਗਰਸ ਪਾਰਟੀ ਕੋ ਸੀਟ ਜਿਤਵਾ ਕੇ ਦੇ ਸਕਤਾ ਹੈ। ਵੋ ਸਾਰਾ ਸਰਵੇ ਹਮ ਕਰ ਰਹੇ ਥੇ ਪਿਛਲੇ ਕਾਫੀ ਸਮੇਂ ਸੇ, ਮੈਂ ਪੂਰੇ ਗਾਓ ਗਾਓ ਪਿੰਡ ਪਿੰਡ ਘੂਮ ਰਹਾ ਥਾ, ਸਾਰੇ ਮੈਂ ਯਹਾਂ ਸੇ ਦੇਖ ਰਹਾ ਹੂੰ ਕਿ ਇੱਕ ਹੀ ਯਹਾਂ ਪੇ ਪੂਰੀ ਤਰ੍ਹਾਂ ਸੇ ਆਵਾਜ਼ ਨਿਕਲ ਕੇ ਆ ਰਹੀ ਹੈ ਜ਼ੀਰਾ ਪਰਿਵਾਰ ਕੀ ਤਰਫ ਸੇ, ਚਾਹੇ ਵੋ ਇਨਕੇ ਸਪੁੱਤਰ ਜੋ ਪੰਜਾਬ ਪ੍ਰਦੇਸ਼ ਯੁਵਾ ਕਾਂਗਰਸ ਕੇ ਪ੍ਰਦੇਸ਼ ਕੇ ਉਪਾਧਿਅਕਸ਼ ਹੈ ਕੁਲਵੀਰ ਸਿੰਘ ਜੀਰਾ ਜੀ, ਚਾਹੇ ਪੰਜਾਬ ਕੇ ਕਿਸਾਨ ਖੇਤ ਮਜ਼ਦੂਰ ਕਾਂਗਰਸ ਕੇ ਜੋ ਪ੍ਰਦੇਸ਼ ਕੇ ਅਧਿਅਕਸ਼ ਹੈ ਔਰ ਪੂਰਵ ਮੈਂ ਮੰਤਰੀ ਵੀ ਰਹੇ ਹੈ ਪੰਜਾਬ ਪ੍ਰਦੇਸ਼ ਸਰਕਾਰ ਮੈਂ, ਉਨਕਾ ਨਾਮ ਯਹਾਂ ਪੇ ਬਹੁਤ ਹੀ ਇੱਕ ਜੋਸ਼ ਓ ਖਰੋਸ਼ ਕੇ ਸਾਥ ਪੂਰੀ ਜਨਤਾ ਲੈ ਕੇ ਆ ਰਹੀ ਹੈ। ਸਾਰਾ ਮੈਂ ਬਹੁਤ ਯਹਾਂ ਜਗ੍ਹਾ ਜਗ੍ਹਾ ਦੌਰੇ ਕੀਏ ਹੈ, ਬਹੁਤ ਸਮੇਂ ਸੇ ਮੈਂ ਯਹਾਂ ਪੇ ਘੂਮ ਰਹਾ ਹੂੰ। ਔਰ ਵੋ ਅਬ ਟਿਕਟ ਕੇ ਲੀਏ ਜੋ ਯਹਾਂ ਪੇ ਹਮਨੇ ਪ੍ਰਤਿਆਸ਼ੀ ਤੈਅ ਕਰਨਾ ਥਾ, ਚੁਣਨਾ ਥਾ ਕਿ ਕਿਸਕੋ ਜੋ ਯਹਾਂ ਸੇ ਟਿਕਟ ਕੇ ਆਵੇਦਕ ਹੈ, ਕਿਸਕੋ ਯਹਾਂ ਸੇ ਟਿਕਟ ਦੇ ਜਾਏ, ਵੋ ਸਮੇਂ ਅਬ ਨਿਕਲ ਚੁਕਾ ਹੈ। ਅਬ ਜ਼ੀਰਾ ਸਾਹਿਬ, ਬੜੇ ਜ਼ੀਰਾ ਸਾਹਿਬ ਜੋ ਹੈ ਯਹਾਂ ਸੇ ਚੁਣਾਵ ਲੜ ਰਹੇ ਹੈ, ਇਨ੍ਹੀਂ ਕੇ ਇੱਕ ਫਾਈਨਲ ਮੋਹਰ ਲੱਗਣੀ, ਇੱਕ ਲਿਸਟ ਫਾਈਨਲ ਹੋਣਾ, ਇੱਕ ਤੈਅ ਹੋਣਾ ਔਰ ਇੱਕ ਨਾਮ ਜੋ ਹੈ ਸੂਚੀ ਬਣ ਕੇ ਤਿਆਰ ਆਉਣਾ, ਉਹ ਸਿਰਫ ਇੱਕ ਔਪਚਾਰਿਕਤਾ ਬਾਕੀ ਹੈ।
बाकी जीरा साहब ने ये बड़े जोर शोर से अभियान शुरू कर दिया है और मुझे उम्मीद है अब जीरा हल्के के साथ मेरा भी मान सम्मान, युवा कांग्रेस का भी मान सम्मान जुड़ा हुआ है। यहाँ के मतदाता पूरी तरह से जीरा परिवार के साथ है, कांग्रेस पार्टी के साथ है और जिस तरह से ये जनता की समस्या निश्चित तौर पर देखिए, कांग्रेस पार्टी एक संविधान से चलने वाली पार्टी है। कांग्रेस पार्टी का अपना एक अंदरूनी एक अपना संविधान है जिसके तहत किसी भी कार्यकर्ता को टिकट का आवेदन करने का अधिकार है और उस पर पूरी संवेदनशील तरीके से पूरी पार्टी की जो सीनियर लीडरशिप है, जो कांग्रेस वर्किंग कमेटी है, वो उसमें निर्णय करती है। लेकिन कहीं ना कहीं हर किसी को ही टिकट नहीं दिया जा सकता। जो जीत दिलाने वाला उम्मीदवार हो, जिसने जनता के बीच में सबसे ज्यादा मेहनत की हो, कांग्रेस पार्टी के प्रति अपना समय दिया हो, अपना बहुत सारे यहाँ पे कार्य किए हो, उसी को कांग्रेस पार्टी जो है अंततः टिकट देती है। और उसमें आज चाहे पंजाब प्रदेश में बात हो, चाहे दिल्ली में हमारी जो CWC है, कांग्रेस वर्किंग कमेटी, वहाँ पे जीरा साहब का, इंद्रजीत सिंह जीरा जी का नाम जो है बहुत आगे चल रहा है और ये पंजाब प्रदेश किसान खेत मजदूर कांग्रेस के भी प्रदेश अध्यक्ष हैं, तो उस नाते भी इनका टिकट बनता ही था। लेकिन यहाँ पे एक सर्वमान्य नेता है और यही कांग्रेस पार्टी को एक ऐतिहासिक जीत जीरा विधानसभा क्षेत्र के अंदर दिलवा सकते हैं। जीरा तो सतीश विज की रिपोर्ट, जगत सेवक वेब टीवी।